FM ਤੁਸੀਂ ਦੇਖ ਰਹੇ ਹੋ ਮੇਰਾ ਨਾਮ ਹੈ ਪ੍ਰੀਤ ਅਟਵਾਲ ਇਹ ਹੈ ਡੂ ਯੂ ਨੋ ਐਂਡ ਡੂ ਯੂ ਨੋ ਦੇ ਵਿੱਚ ਅੱਜ ਸਾਡੇ ਨਾਲ ਨੇ ਟੌਪ ਨੋਚ ਗੱਭਰੂ ਵਿੱਕੀ ਵੈਲਕਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਇਹਦੇ 'ਚ ਆਪਾਂ ਨਾ ਕੋਈ ਜਿਹੜੀ ਪਿੱਛੇ ਦੀ ਸਟੋਰੀ ਹੁੰਦੀ ਹੈ ਹਰ ਗਾਣੇ ਦੀ ਨਾ ਉਹ ਪੁੱਛਦੇ ਹੁੰਦੇ ਹਾਂ ਅਤੇ ਤੁਹਾਡੇ ਟੌਪ ਨੋਚ ਗੱਭਰੂ ਦੀ ਕੋਈ ਸਟੋਰੀ ਹੋਵੇ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੋ ਇਹ ਗਾਣਾ ਜਦੋਂ ਅਸੀਂ ਬਣਾਇਆ ਸੀ ਜੀ ਇਹ 3:30 ਵਜੇ ਰਾਤ ਨੂੰ ਬਣਾਇਆ ਸੀ ਅੱਛਾ ਹਾਂ 3:30 ਤੇ 4 ਦਾ ਟਾਈਮ ਸੀ ਮੇਰੇ ਯਾਦ ਆ ਅੱਜ ਵੀ ਅਤੇ ਜਦੋਂ ਗਾਣਾ ਬਣਾਇਆ ਸੀ ਮੈਂ ਸਾਰੀ ਟੀਮ ਨੂੰ ਸੁਣਾਇਆ ਮੈਂ ਕਿਹਾ ਯਾਰ ਇਹ ਤੇਜ਼ ਤੇਜ਼ ਜਿਹਾ ਗਾਤਾ ਯਾਰ ਸਮਝ ਨਹੀਂ ਆਉਂਦੀ ਇਹ ਉਹ ਆਪਾਂ ਹੋਰ ਕਰਦੇ ਹਾਂ ਅਸੀਂ ਇੱਕ ਬਰਥ ਪਲੇਸ ਗਾਣਾ ਆਇਆ ਸੀ ਮੇਰਾ ਮਿੱਤਰਾਂ ਦੀ ਬਰਥ ਪਲੇਸ ਦੱਸਦੀ ਗੱਡੀ 'ਤੇ ਜੋ ਨੰਬਰ ਪਲੇਟ ਕੱਚ ਦੀ ਅਸੀਂ ਉਹਦਾ ਸ਼ੂਟ ਰੱਖਣਾ ਸੀ ਇੱਕ ਕੁਦਰਤੀ ਸਾਡਾ ਇੱਕ ਮੇਰਾ ਸਾਡਾ ਭਰਾ ਸੀ ਉਹਨੇ ਉਹ ਕਹਿੰਦਾ ਨਹੀਂ ਯਾਰ ਵਿੱਕੀ ਆਪਾਂ ਕਰਦੇ ਮੈਨੂੰ ਮੈਂ ਕਿਹਾ ਯਾਰ ਹਾਂ ਯਾਰ ਮੈਂ ਆਹ ਗਾਣਾ ਕਰਨਾ ਮੈਂ ਕਿਹਾ ਜ਼ਿਆਦਾ ਚੱਲ ਜੂਗਾ ਜਾ ਮੈਂ ਕਿਹਾ ਯਾਰ ਪੇਟੀ ਪੈਕ ਹੋ ਜਾਣੀ ਹੈ ਮੈਂ ਕਿਹਾ ਉਹ ਮੈਂ ਲਾਸਟ ਗਾਣਾ ਸੀ ਹੋਰ ਮੇਰਾ ਮੈਂ ਦੁਆ ਗਾਣਾ ਨਹੀਂ ਕਰਨਾ ਸੀ ਮੈਂ ਸੌਂਹ ਖਾਧੀ ਮੈਂ ਗਾਣਾ ਹੀ ਨਹੀਂ ਕਰਨਾ ਹਾਂਜੀ ਮੈਂ ਉਹ ਕਰਦਾ ਸੀ ਮੈਂ ਕਿਹਾ ਨਹੀਂ ਹੁਣ ਨਹੀਂ ਕਰਦਾ ਯਾਰ ਬਹੁਤ ਟਾਈਮ ਹੋ ਗਿਆ ਹੁਣ ਕੁਛ ਕਨੇਡਾ ਕਨੂਡਾ ਚੱਲਦੇ ਹਾਂ ਟਰੱਕ ਟਰੁੱਕ ਚਲਾਉਂਦੇ ਹਾਂ ਜਾ ਕੇ ਉੱਥੇ ਅਤੇ ਫਿਰ ਮਤਲਬ ਕਾਫੀਆਂ ਨੇ ਕਿਹਾ ਯਾਰ ਇਹ ਤਾਂ ਸਮਝ ਨਹੀਂ ਆ ਰਿਹਾ ਫਿਰ ਇੱਕਦਮ ਡਿਸੀਜ਼ਨ ਲਿਆ ਸੀ ਇੱਕ ਦਿਨ 'ਚ ਸ਼ੂਟ ਕੀਤਾ ਸੀ ਇੱਥੇ ਜ਼ੀਰਕਪੁਰ ਸ਼ੂਟ ਕੀਤਾ ਸੀ ਇਹਦਾ ਹਾਂਜੀ ਡਾਇਰੈਕਟਰ ਹਿਤੇਸ਼ ਨੇ ਨਾਲ ਦੀ ਇਹਨਾਂ ਨੂੰ ਮੈਂ ਕਿਹਾ ਯਾਰ ਆਪਾਂ ਇੱਦਾਂ ਕਰਾਂ ਪਰ ਮੈਂ ਕਿਹਾ ਯਾਰ ਇਹ 'ਚ ਮੈਂ ਚਾਦਰਾ ਕੁੜਤਾ ਪਾਵਾਂ ਅਤੇ ਫਿਰ ਮੈਂ ਇਹਦੇ ਵਿੱਚ ਮੈਂ ਕਿਹਾ ਮੇਰੇ ਡੈਡ ਪਾਉਂਦੇ ਮੇਰੇ ਫਾਦਰ ਸਾਹਿਬ ਗਾਉਂਦੇ ਸੀ ਉਹਨਾਂ ਨੂੰ ਮੈਂ ਕਿਹਾ ਯਾਰ ਮੈਂ ਚਾਦਰਾ ਕੁੜਤਾ ਪਾ ਕੇ 'ਚ ਨੱਚਣਾ ਭੰਗੜਾ ਪਾਉਣਾ ਬਸ ਫਿਰ ਜਦੋਂ ਗਾਣਾ ਆਇਆ 15-20 ਦਿਨ ਤਾਂ ਵੀ ਨਹੀਂ ਚੱਲਿਆ ਅਤੇ ਉਦੋਂ ਫਿਰ ਡਿਸਅਪੁਆਇੰਟ ਹੋਏ ਹਾਂ ਮੈਂ ਬਹੁਤ ਨਰਵ ਮੈਂ ਲਾਈਕ ਮੇਰੇ ਮੈਂ ਅੰਦਰੋਂ ਬਹੁਤ ਜ਼ਿਆਦਾ ਦੁਖੀ ਸੀ ਮੈਂ ਇੱਦਾਂ ਪਿਆ ਸੀ ਮੁੱਦਾ ਹੋ ਗਿਆ ਬੈੱਡ 'ਤੇ ਮੈਂ ਕਿਹਾ ਯਾਰ ਆਹ ਵੀ ਨਹੀਂ ਚੱਲਿਆ ਅਤੇ ਫਿਰ ਬਸ 15-20 ਦਿਨਾਂ ਬਾਅਦ ਮਹਾਰਾਜ ਨੇ ਸੁਣੀ ਬਸ ਫਿਰ ਪਤਾ ਨਹੀਂ ਲੱਗਿਆ ਕੀ ਹੋਇਆ ਰਾਤੋਂ ਰਾਤ ਹੀ ਸਾਰਾ ਕੁਝ ਚੇਂਜ ਹੋ ਗਿਆ ਓਕੇ ਫਿਰ ਉਸ ਤੋਂ ਬਾਅਦ ਤਾਂ ਲੋਕਾਂ ਨੇ ਸਰਚ ਕੀਤੇ ਕਿ ਹੋਰ ਕਿਹੜੇ ਕਿਹੜੇ ਗਾਣੇ ਆਏ ਆ ਵਿੱਕੀ ਦੇ ਹਾਂਜੀ ਫਿਰ ਸਾਰਾ ਕੁਝ ਸਪੋਟੀਫਾਈ ਇਹ ਉਹ ਇੰਸਟਾਗ੍ਰਾਮ ਸੀ ਮੇਰਾ ਮਤਲਬ 30,000 'ਤੇ ਸੀ 30-25-30,000 'ਤੇ ਹੁੰਦਾ ਸੀ ਮੇਰਾ ਫਿਰ ਰਾਤੋਂ ਰਾਤ ਮੇਰਾ ਇੰਸਟਾਗ੍ਰਾਮ ਵੀ ਅਪ ਹੋ ਗਿਆ ਮਤਲਬ ਮੈਨੂੰ ਲਾਈਕ ਮੈਂ ਸ਼ੋਅ ਕੀਤੇ ਫਿਰ ਇੰਗਲੈਂਡ ਟੂਰ ਕੀਤਾ ਮੈਂ ਉੱਥੇ ਵੀ ਪੈਕ ਲਾਈਕ ਸਾਰੀਆਂ ਚੀਜ਼ਾਂ ਫਿਰ ਹੋ ਗਿਆ ਸਿਸਟਮ ਸ਼ੁਰੂ ਹੋ ਗਿਆ ਅਤੇ 2 ਲਾਈਨਸ ਉਸੇ ਗਾਣੇ ਦੀਆਂ ਹਾਂਜੀ ਤੇਰਾ ਲੱਕ ਮਰੋੜੇ ਖਾਂਦਾ ਜਿੱਦਾਂ ਡਿਸਕਵਰੀ ਤੇ ਸੱਪ ਕੁੜੇ ਹੇ ਪਾ ਕੇ ਰੱਖਦਾ ਬੋਲ ਵੈਂਤ ਜੱਟ ਕੱਟ ਕੇ ਰੱਖਦਾ ਬੱਟ ਕੁੜੇ ਹਲਕੀ ਹਲਕੀ ਦਾੜੀ ਜੱਟ ਕੇ ਪਰ ਮੁਸਟੈਚਾਂ ਭਾਰੀ ਹੈ ਸਾਡੇ ਬਾਰੇ ਇਨਫੋਰਮੇਸ਼ਨ ਗੂਗਲ ਉੱਤੇ ਸਾਰੀ ਜੱਚਮੀ ਪਾਉਂਦਾ ਚੀਜ਼ ਰਕਾਨੇ ਕਰਕੇ ਦੇਖੀ ਗੌਰ ਜਿਹੀ ਅੱਡੀਆਂ ਕੂਚ ਕੂਚ ਕੇ ਰੱਖਦੀ ਤੂੰ ਵੀ ਸਨ ਫਲੋਰ ਜਿਹੀ ਵਾਹ ਥੈਂਕ ਯੂ ਸੋ ਮਚ